ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਇਨਕਲਾਬੀ ਚੀਜ਼ਾਂ ਜਿਹੜੀਆਂ ਮੁਖਤਸਰ ਟਾਈਮ ਵਿੱਚ 4-5 ਸਾਲ ਵਿੱਚ ਥੀ ਸਕਦੀਆਂ ਉਹਨਾਂ ਇੱਕ ਰਿਕਾਰਡ ਕਾਇਮ ਕੀਤਾ ਔਰ ਪਾਕਿਸਤਾਨ ਨੂੰ ਇੱਕਦਮ 50 ਸਾਲ ਅੱਗੇ ਉਹਨਾਂ ਨੇ ਗਿਣ ਕੇ ਗਏ ਉਹਦੇ ਬਾਅਦ ਜਿਵੇਂ ਜਿਵੇਂ ਟਾਈਮ ਆਇਆ ਹਕੂਮਤਾਂ ਮਿਲੀਆਂ ਪੀਪਲਸ ਪਾਰਟੀ ਨੂੰ ਲੂਡੂ 3-3 ਸਾਲ ਦੀ ਬੀਬੀ ਦੀ ਹਕੂਮਤ ਮਿਲੀ ਮਗਰ ਚੱਲਣ ਨਾ ਦਿੱਤਾ ਗਿਆ ਬਲ ਵੀ ਬੀਬੀ ਨੇ ਸਾਕੂ ਜਿਹੜੀ ਮਿਜ਼ਾਈਲ ਟੈਕਨੋਲੋਜੀ ਦਿੱਤੀ ਜਿਹੜੀ ਕਿ ਤੁਹਾਡਾ ਇਹ ਸਮਝੋ ਐਟਮੀ ਮਵਾਦ ਨੂੰ ਬਗੈਰ ਜਹਾਜ਼ਾਂ ਦੇ ਇਥੋਂ ਬਟਨ ਦਬਾਓ ਇੰਡੀਆ ਦੇ ਜਿਹੜੇ ਸ਼ਹਿਰ ਨੂੰ ਤਬਾਹ ਕਰਨਾ ਚਾਹੋ ਉਹ ਮਿਜ਼ਾਈਲ ਨਾਲ ਤੁਸੀਂ ਕਰ ਸਕਦੇ ਹੋ ਪਿਉ ਨੇ ਐਟਮ ਪੰਪ ਦਿੱਤਾ ਧੀ ਨੇ ਮਿਜ਼ਾਈਲ ਟੈਕਨੋਲੋਜੀ ਦਿੱਤੀ ਪਾਕਿਸਤਾਨ ਨੂੰ ਮਜ਼ਬੂਤ ਕੀਤਾ ਮੈਂ ਹੁਣੇ ਸਾਡੇ ਸਰਦਾਰ ਅਸੀਮ ਖੋਸਾ ਸਾਹਿਬ ਫਰਮਾਉਂਦੇ ਪਏ ਮੈਂ ਉਹਨਾਂ ਦੀ ਜਿਹੜੀ ਗੁਫ਼ਤਗੂ ਹੈ ਉਹਦੇ ਨਾਲ ਮਹਿਸੂਸ ਵੀ ਥੀ ਬੜੀ ਅੱਛੀ ਗੁਫ਼ਤਗੂ ਮੈਂ ਕੀਤੀ ਹੈ ਇੱਕ ਮੈਂ ਉਹਨਾਂ ਦੇ ਇਲਮ ਵਿੱਚ ਇਜ਼ਾਫਾ ਤਾਂ ਨਹੀਂ ਮਗਰ ਮੈਂ ਛੋਟੀ ਜਿਹੀ ਗੁਸਤਾਖੀ ਕਰੇ ਸਾਂ ਕਿ ਉਹਦੀ ਕਰੈਕਸ਼ਨ ਸਿਰਫ ਇਹ ਜ਼ਰੂਰ ਹੈ ਕਿ ਪਾਕਿਸਤਾਨ ਨੇ ਇੱਕ ਮੌਕਾ ਆਇਆ ਕਿ ਧਮਕੀ ਦਿੱਤੀ ਇੰਡੀਆ ਨੂੰ ਮਗਰ ਸਰਦਾਰ ਸਾਹਿਬ ਇੱਕ ਕਲੀਅਰ ਹੋਵੇ ਇਸਾਕ ਖਾਨ ਜਾਂ ਉਹਦੇ ਪਿਓ ਦੀ ਜ਼ਰੂਰਤ ਨਾ ਹੀ ਕਿ ਇੰਡੀਆ ਨੂੰ ਧਮਕੀ ਦੇ ਸਕਿਆ ਇਹਦੇ ਵਾਸਤੇ ਵੀ ਸ਼ੇਰ ਜਿੱਤੀ ਦਿਲ ਚਾਹੀਦਾ ਕਿ ਐਟਮ ਬੰਬ ਦੀ ਧਮਕੀ ਕਹੀਂ ਕਹੀਂ ਕੋ ਦੇ ਦੇਵੇ ਔਰ ਐਟਮ ਬੰਬ ਬਣਾਉਣ ਦੇ ਬਾਅਦ ਭੁੱਟੋ ਸਾਹਿਬ ਤੋਂ ਜਿਹੜਾ ਨਿਸ਼ਾਨ ਇਬਰਤ ਬਣਾਇਆ ਗਿਆ ਆਈ ਉਹ ਵੀ ਉਹ ਵਕਤ ਪਤਾ ਆਈ ਸਭ ਨੂੰ ਕਹੀਂ ਦੀ ਜ਼ਰੂਰਤ ਨਾ ਆਈ ਉਹ ਵਕਤ ਅੱਜ ਤੁਸੀਂ ਨੈਟ ਉੱਤੇ ਬਣ ਕੇ ਆਪਣੇ ਸਾਬਕਾ ਆਰਮੀ ਚੀਫ ਜਨਰਲ ਅਸਲਮ ਬੇਗ ਦਾ ਇੰਟਰਵਿਊ ਤੁਸੀਂ ਵੇਖੋ ਉਹਦੇ ਚੋਂ ਆਦੇ ਕਿ ਜਨਾਬ ਇਹ 90 ਦੀ ਦਿਹਾਈ ਦੇ ਵਿੱਚ ਇੰਡੀਆ ਇਸਰਾਇਲ ਔਰ ਅਮਰੀਕਾ ਨੇ ਇੱਕ ਸਾਜ਼ਿਸ਼ ਤਿਆਰ ਕੀਤੀ ਕਿ ਪਾਕਿਸਤਾਨ ਦੇ ਐਟਮੀ ਅਸਾਸਿਆਂ ਨੂੰ ਖਤਮ ਕੀਤਾ ਵੰਗੇ ਔਰ ਉਹਦੇ ਵਿੱਚ ਅਗੂ ਇਸਰਾਇਲ ਨੂੰ ਕੀਤਾ ਗਿਆ ਉਹਦੇ F-18 ਜਿਹੜੇ ਹਨ ਸਾਡੇ ਕੋਲ F-16 ਹੈ ਉਹ ਉਹਦੇ ਕੋਲ ਜਦੀਦ ਤਿਆਰੇ ਹੈ ਉਹਨਾਂ ਨੂੰ ਭੇਜਿਆ ਗਿਆ ਰਾਜਸਥਾਨ ਦੇ ਨਾਲ ਨਾਲ ਸਾਰਾ ਇੰਡੀਆ ਦਾ ਬਾਰਡਰ ਕਸ਼ਮੀਰ ਤੱਕ ਉਹ ਸਰਵੇ ਕਰ ਗਏ ਉਹਨਾਂ ਨੇ ਆਪਣਾ ਪਲਾਨ ਬਣਾਇਆ ਇੰਡੀਆ ਦੀ ਪੁਸ਼ਤ ਬਣਾਈ ਔਰ ਅਮਰੀਕਾ ਦੀ ਪੁਸ਼ਤ ਬਣਾਈ ਜਿਵੇਂ ਹੀ ਇਹ ਖਬਰ ਸਾਡੇ ਇੱਥਾਂ ਉਹਲੇ ਪ੍ਰਾਈਮ ਮਿਨਿਸਟਰ ਕੌਣ ਆਈ ਜ਼ੁਲਫਕਾਰ ਅਲੀ ਭੁੱਟੋ ਦੀ ਬੇਟੀ ਆਈ ਜੈ ਐਟਮ ਬੰਬ ਬਣਾਇਆ ਹੈ ਇਹ ਸਿਰਫ